ਤੇ ਵਧਾਈਆਂ ਬਹੁਤ ਬਹੁਤ। ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਤੋਂ। ਵਧਾਈਆਂ ਮਾਤੇ, ਵਧਾਈਆਂ ਜੀ, ਵਾਹਿਗੁਰੂ ਮਿਹਰ ਕਰੇ। ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਮਾਪਿਆਂ ਨੇ ਅੰਮ੍ਰਿਤ ਛਕਿਆ, ਜਿਸ ਤੋਂ ਮਗਰੋਂ ਜਦੋਂ ਉਹ ਘਰ ਪਹੁੰਚੇ ਤਾਂ ਨਵਦੀਪ ਜਲਵੇੜਾ ਨੇ ਉਹਨਾਂ ਨੂੰ ਵਧਾਈ ਦੇ ਕੇ ਸਵਾਗਤ ਕੀਤਾ। ਇਸ ਦੀ ਖੂਬਸੂਰਤ ਵੀਡੀਓ ਨਵਦੀਪ ਜਲਵੇੜਾ ਨੇ ਆਪਣੀ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਅਤੇ ਲਿਖਿਆ, ਵਾਹਿਗੁਰੂ ਮਿਹਰ ਕੀਤੀ ਮੇਰੇ ਮਾਪਿਆਂ 'ਤੇ, ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਅੰਮ੍ਰਿਤ ਛਕ ਕੇ। ਅਤੇ ਵਧਾਈਆਂ ਬਹੁਤ ਬਹੁਤ। ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਤੋਂ। ਵਧਾਈਆਂ ਮਾਤੇ, ਵਧਾਈਆਂ ਜੀ, ਵਾਹਿਗੁਰੂ ਮਿਹਰ ਕਰੇ। ਅਤੇ ਵਧਾਈਆਂ ਬਹੁਤ ਬਹੁਤ। ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਤੋਂ। ਵਧਾਈਆਂ ਮਾਤੇ, ਵਧਾਈਆਂ ਜੀ, ਵਾਹਿਗੁਰੂ ਮਿਹਰ ਕਰੇ। ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਮਾਪਿਆਂ ਨੇ ਅੰਮ੍ਰਿਤ ਛਕਿਆ, ਜਿਸ ਤੋਂ ਮਗਰੋਂ ਜਦੋਂ ਉਹ ਘਰ ਪਹੁੰਚੇ ਤਾਂ ਨਵਦੀਪ ਜਲਵੇੜਾ ਨੇ ਉਹਨਾਂ ਨੂੰ ਵਧਾਈ ਦੇ ਕੇ ਸਵਾਗਤ ਕੀਤਾ। ਇਸ ਦੀ ਖੂਬਸੂਰਤ ਵੀਡੀਓ ਨਵਦੀਪ ਜਲਵੇੜਾ ਨੇ ਆਪਣੀ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਅਤੇ ਲਿਖਿਆ, ਵਾਹਿਗੁਰੂ ਮਿਹਰ ਕੀਤੀ ਮੇਰੇ ਮਾਪਿਆਂ 'ਤੇ, ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਅੰਮ੍ਰਿਤ ਛਕ ਕੇ। ਅਤੇ ਵਧਾਈਆਂ ਬਹੁਤ ਬਹੁਤ। ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਤੋਂ। ਵਧਾਈਆਂ ਮਾਤੇ, ਵਧਾਈਆਂ ਜੀ, ਵਾਹਿਗੁਰੂ ਮਿਹਰ ਕਰੇ। ਅਤੇ ਵਧਾਈਆਂ ਬਹੁਤ ਬਹੁਤ। ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਤੋਂ। ਵਧਾਈਆਂ ਮਾਤੇ, ਵਧਾਈਆਂ ਜੀ, ਵਾਹਿਗੁਰੂ ਮਿਹਰ ਕਰੇ। ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਮਾਪਿਆਂ ਨੇ ਅੰਮ੍ਰਿਤ ਛਕਿਆ, ਜਿਸ ਤੋਂ ਮਗਰੋਂ ਜਦੋਂ ਉਹ ਘਰ ਪਹੁੰਚੇ ਤਾਂ ਨਵਦੀਪ ਜਲਵੇੜਾ ਨੇ ਉਹਨਾਂ ਨੂੰ ਵਧਾਈ ਦੇ ਕੇ ਸਵਾਗਤ ਕੀਤਾ। ਇਸ ਦੀ ਖੂਬਸੂਰਤ ਵੀਡੀਓ ਨਵਦੀਪ ਜਲਵੇੜਾ ਨੇ ਆਪਣੀ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਅਤੇ ਲਿਖਿਆ, ਵਾਹਿਗੁਰੂ ਮਿਹਰ ਕੀਤੀ ਮੇਰੇ ਮਾਪਿਆਂ 'ਤੇ, ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਅੰਮ੍ਰਿਤ ਛਕ ਕੇ। ਅਤੇ ਵਧਾਈਆਂ ਬਹੁਤ ਬਹੁਤ। ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਤੋਂ। ਵਧਾਈਆਂ ਮਾਤੇ, ਵਧਾਈਆਂ ਜੀ, ਵਾਹਿਗੁਰੂ ਮਿਹਰ ਕਰੇ।